ਪਹਿਲਾਂ ਜਿਹੜਾ ਬਹੁਤ ਵੱਡਾ ਗਰੀਬ ਬਣਿਆ ਫਿਰਦਾ ਨਾ, ਇਹ ਵੇਖੋ ਬੋਲ ਕਿਵੇਂ ਰਿਹਾ ਵਾ, ਲੋਕਾਂ ਦੇ ਵਿੱਚ ਕਿਵੇਂ ਪਾੜਾ ਪਾ ਕੇ ਅਤੇ ਵੋਟਾਂ ਲੈਣ ਦੀ ਇਹ ਕੋਸ਼ਿਸ਼ ਕਰ ਰਿਹਾ ਵਾ, ਕਿੱਡੀ ਘਟੀਆ ਰਾਜਨੀਤੀ ਕਰ ਰਿਹਾ ਕਿ ਮੈਂ ਇਹਨਾਂ ਨੂੰ ਇਹ ਰੋਕ ਕੇ ਰੱਖਿਆ ਵਾ ਅਤੇ ਜੇ ਮੈਂ ਇਹਨਾਂ ਨੂੰ ਛੱਡਤਾ ਤਾਂ ਖਿਲਾਰੇ ਵੇਖੀ ਪਾਉਂਦੇ ਵੀ ਗਰੀਬ ਬੰਦਾ ਜਦੋਂ ਗੁੱਸੇ ਦੇ ਵਿੱਚ ਆ ਜਾਏ ਤਾਂ ਅੱਗ ਲਾ ਦਿੰਦਾ। ਪਹਿਲਾਂ ਇਹਦੀ ਆ ਵੀਡੀਓ ਵੇਖੋ, ਫਿਰ ਆਪਾਂ ਅਗਲੀ ਗੱਲਬਾਤ ਕਰਦੇ ਹਾਂ। ਇਹ ਤਾਂ ਮੇਰੇ ਸਾਹਮਣੇ ਹੋਇਆ, ਮੈਂ ਮਿਹਨਤਾਂ ਪਾਉਂਦਾ ਰਹਿੰਦਾ, ਕਿਸੇ ਨਾਲ ਲੜਿਓ ਨਾ, ਫਸਾਦ ਨਾ ਕਰੋ ਪਿੰਡ 'ਚ, ਰੋਜ਼ ਅਪੀਲ ਕਰਦਾ। ਨਹੀਂ ਤਾਂ ਬਾਬਾ ਜੀਵਨ ਸਿੰਘ ਦੀਆਂ ਫੌਜਾਂ 'ਚ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾਏ ਅੱਗ ਲਾ ਦਿੰਦਾ ਧਰਤੀ ਨੂੰ। ਗਰੀਬ ਦੇ ਗੁੱਸੇ ਤੋਂ ਬਚੋ, ਗਰੀਬ ਦੀ ਵੱਧ ਤੋਂ ਵੱਧ ਤੋਂ ਬਚੋ, ਮੇਰਾ ਸੁਨੇਹਾ ਜ਼ਰੂਰ ਦੇ ਦਿਓ ਉਹਨਾਂ ਨੂੰ। ਜੇ ਇਹੋ ਜਿਹੇ ਦੋ ਤਿੰਨ ਹੰਸਰਾਜ ਹੋਰ ਜੰਮ ਪੈਣ ਨਾ ਤਾਂ ਦੁਨੀਆ ਤਰਜੇ। ਇਹਦੀ ਜਿਹੜੀ ਗਰੀਬੀ ਵਾਲੀ ਇੱਛਾ ਨਾ, ਇਹ ਤੁਸੀਂ ਪੂਰੀ ਕਰ ਦਿਓ ਜਲਦੀ। ਇਹਦੀ ਗਰੀਬੀ ਵਾਲੀ ਇੱਛਾ ਜਿਹੜੀ ਇਹ ਆਪਦੇ ਆਪ 'ਚ ਗਰੀਬ ਬਣਿਆ ਫਿਰਦਾ ਨਾ, ਵੀ ਮੈਂ ਬਹੁਤ ਵੱਡਾ ਗਰੀਬ ਹਾਂ, ਵੀ ਸ਼ਾਇਦ ਇਹ ਗਰੀਬ ਬਣ ਕੇ ਲੋਕਾਂ ਦੀਆਂ ਵੋਟਾਂ ਲੈਣ ਨੂੰ ਫਿਰਦਾ, ਵੀ ਮੈਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਵਾਂ ਵੀ ਇਹ ਵੋਟਾਂ ਵੇਲੇ ਆ ਕੇ ਕਿਉਂ ਗਰੀਬ ਬਣਦੇ ਆ, ਇਹ ਗਰੀਬੀ ਦੇ ਪਖੰਡ ਵੋਟਾਂ ਵੇਲੇ ਆ ਕੇ ਕਿਉਂ ਕਰਦੇ ਆ? ਇਹੋ ਜਿਹੇ ਗਰੀਬ ਹੁੰਦੇ ਆ ਜਿਹੜੇ ਮਹਿੰਗਿਆਂ ਬੰਗਲਿਆਂ ਦੇ ਵਿੱਚ ਰਹਿੰਦੇ, ਮਹਿੰਗੀਆਂ ਗੱਡੀਆਂ ਦੇ ਵਿੱਚ ਰਹਿੰਦੇ ਆ, ਅਤੇ ਜਦੋਂ ਇਹ ਬਣ ਜਾਂਦੇ ਆ ਵੋਟਾਂ ਲੈ ਕੇ ਚਲੇ ਜਾਂਦੇ ਆ, MP MLA ਬਣ ਜਾਂਦੇ ਆ, ਅਤੇ ਮੁੜ ਕੇ ਇਹਨਾਂ ਦੀ ਗਰੀਬੀ ਕਿੱਧਰ ਜਾਂਦੀ ਆ? ਅਤੇ ਹੁਣ ਇਹ ਗਰੀਬਾਂ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਵਿੱਚ ਪਾੜਾ ਪਾ ਕੇ ਉਹਨਾਂ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਆ। ਇਹ ਕਹਿੰਦਾ ਵੀ ਲਾਲਿਆਂ ਨੇ ਇਹ ਡਾਂਗਾ ਮਾਰੀਆਂ, ਉਦੋਂ ਤੁਹਾਡੇ ਜਿਹੜੇ ਉਹ ਲਾਲੇ ਆ, ਉਹ ਲਾਲੇ ਨਹੀਂ ਗੇ, ਉਹ ਮੋਦੀ ਦੇ ਪਾਲੇ ਆ, ਜਿਹੜੇ ਉੱਥੇ ਕਿਸਾਨਾਂ ਦੇ ਬਰਖਲਾਫ ਬੋਲੇ ਆ, ਉਹ ਮੋਦੀ ਦੇ ਪਾਲੇ ਹੋਏ ਬੰਦੇ ਸੀਗੇ ਵਿੱਚੋਂ, ਕਿਉਂਕਿ ਉਹਨਾਂ ਨੂੰ ਪਤਾ ਵਾ ਵੀ ਸਾਡਾ ਵਿਰੋਧ ਕਰ ਰਹੇ ਆ, ਅਤੇ ਆਪਦੇ ਵਿੱਚ ਉੱਥੇ ਦੁਕਾਨਦਾਰ ਬਣਾ ਕੇ ਵਿੱਚ BJP ਨੇ ਛੱਡ ਕੇ ਬੰਦੇ, ਅਤੇ ਕਿਸਾਨਾਂ ਦੇ ਖਿਲਾਫ ਉੱਥੇ ਉਹਨਾਂ ਨੂੰ ਬੁਲਾਤਾ। ਇਹ ਕਹਿੰਦਾ ਕਿ ਲਾਲਿਆਂ ਨੇ ਡਾਂਗਾ ਖਿੱਚ ਲੀਆਂ, ਠੀਕ ਹੈ ਨਾ। ਜਿਹੜਾ ਇਹ ਕਹਿੰਦਾ ਵੀ ਮੇਰੇ 'ਤੇ ਲੋਕ ਮੇਰਾ ਕਿਉਂ ਵਿਰੋਧ ਕਰ ਰਹੇ ਆ, BJP ਦਾ ਕਿਉਂ ਵਿਰੋਧ ਕਰ ਰਹੇ ਆ? BJP ਦਾ ਵਿਰੋਧ ਇਸ ਕਰਕੇ ਕਰ ਰਹੇ ਆ ਲੋਕ, BJP ਨੇ ਕੁਛ ਛੱਡਿਆ ਨਹੀਂ। ਜਿਹੜੇ ਲੋਕ ਵੀ ਲੋਕਾਂ ਦੇ ਮਨ ਦੇ ਵਿੱਚ ਵੀ ਜਾਂ ਜਿਹੜੇ ਇਹਨਾਂ ਦੇ ਮਗਰ ਲੱਗ ਰਹੇ ਆ, ਉਹਨਾਂ ਦੇ ਮਨ ਦੇ ਵਿੱਚ ਇਹ ਆ ਵੀ BJP ਦਾ ਵਿਰੋਧ ਕਿਉਂ ਕਰ ਰਹੇ ਆ? BJP ਦਾ ਵਿਰੋਧ ਇਸ ਕਰਕੇ ਕਰ ਰਹੇ ਆ ਕਿ BJP ਨੇ ਕੋਈ ਵੀ ਸਰਕਾਰੀ ਅਦਾਰਾ, ਚਾਹੇ ਉਹ ਏਅਰਪੋਰਟ ਆ, ਚਾਹੇ ਰੇਲਵੇ ਆ, ਚਾਹੇ ਬੰਦਰਗਾਹ ਆ, ਚਾਹੇ ਜਿੰਨੇ ਵੀ ਸਰਕਾਰੀ ਅਦਾਰੇ ਆ ਜਿੱਥੋਂ ਵੱਧ ਆਮਦਨ ਆਉਂਦੀ ਆ ਸਰਕਾਰ ਨੂੰ, ਜਿਹੜੇ ਸਰਕਾਰੀ ਖਜ਼ਾਨੇ ਦੇ ਵਿੱਚ ਜਾਣੇ ਹੁੰਦੇ ਆ ਪੈਸੇ, ਉਹ ਸਾਰੇ ਇਹਨਾਂ ਨੇ ਅਡਾਨੀਆਂ ਬਾਨੀਆਂ ਨੂੰ ਵੇਚਦੇ ਆ। ਫਿਰ ਆਪਣੇ ਜਿੰਨਾ ਸਿੱਖ ਭਾਈਚਾਰਾ, ਚਾਹੇ ਉਹ ਮਜ਼ਹਬੀ ਸਿੱਖ ਆ, ਜੱਟ ਸਿੱਖ ਆ, ਚਾਹੇ ਬਾਣੀਏ ਸਿੱਖ ਆ, ਚਾਹੇ ਜਿੰਨੇ ਵੀ ਸਿੱਖ ਭਾਈਚਾਰਾ ਵਾ, ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ BJP ਨੇ ਬਾਦਲਾਂ ਰਾਹੀਂ ਜਿਹੜਾ ਆਪਣਾ ਸਿੱਖਾਂ ਦਾ ਇਤਿਹਾਸ ਆ, ਕਿਤਾਬਾਂ ਦੇ ਵਿੱਚ ਇਤਿਹਾਸ ਲਿਖਿਆ, ਉਹਦੇ ਵਿੱਚ ਦੱਸੋ ਆਪਣੇ ਗੁਰੂਆਂ ਬਾਰੇ ਗਲਤ ਸ਼ਬਦ ਲਿਖਵਾਏ ਕਿ ਨਹੀਂ ਲਿਖਵਾਏ? ਇਸ ਕਰਕੇ BJP ਦਾ ਵਿਰੋਧ ਹੋ ਰਿਹਾ ਵਾ। ਆਪਣੇ 750 ਕਿਸਾਨ ਇਹਨਾਂ ਨੇ ਜਿਹੜੇ ਬਿੱਲ ਲਿਆਉਂਦੇ ਸੀਗੇ ਉਦੋਂ ਸ਼ਹੀਦ ਕਰਵਾਇਆ, ਉਹ ਕਰਵਾਇਆ ਕਿ ਨਹੀਂ ਕਰਵਾਇਆ? ਇਸ ਕਰਕੇ ਵਿਰੋਧ ਹੋ ਰਿਹਾ ਵਾ। ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਮਜ਼ਦੂਰਾਂ 'ਤੇ ਗੱਡੀਆਂ ਚੜ੍ਹਾ ਕੇ ਉਹਨਾਂ ਨੂੰ ਦੜ ਕੇ ਕਤਲ ਕੀਤਾ, ਇਸ ਕਰਕੇ ਵਿਰੋਧ ਕਰ ਰਹੇ ਆ ਲੋਕ। ਜੇ ਵਿਰੋਧ ਕਰ ਰਹੇ ਆ ਉਹਨਾਂ ਦੇ ਮਨ ਦੇ ਵਿੱਚ ਗੁੱਸਾ ਵਾ, ਅਣਖ ਆ ਵੀ ਸਾਡੇ ਨਾਲ BJP ਨੇ ਧੱਕਾ ਕੀਤਾ ਅਤੇ ਅਸੀਂ ਇਹਨਾਂ ਨੂੰ ਨਹੀਂ ਵੜਨ ਦੇਣਾ, ਇਹਨਾਂ ਨੇ ਸਾਡੇ ਨਾਲ ਚੰਗੀ ਕਰਤੂਤ ਨਹੀਂ ਕੀਤੀ। ਅਣਖੀ ਬੰਦੇ ਜਿਹਨਾਂ ਦੀਆਂ ਜ਼ਮੀਰਾਂ ਜਾਗਦੀਆਂ ਉਹ ਵਿਰੋਧ ਕਰ ਰਹੇ ਆ, ਨਾ ਕਿ ਜਿਹੜੇ ਜਿਹਨਾਂ ਨੂੰ ਕੋਈ ਫਿਕਰ ਨਹੀਂ ਗਾ, ਜਿਹੜੇ ਚੇਲੇ ਚਪਟੇ ਬਣੇ ਆ ਉਹ ਨਹੀਂ ਵਿਰੋਧ ਕਰਦੇ। ਇਹ ਜਿਹਨਾਂ ਨੂੰ ਫਿਕਰ ਆ, ਜਿਹਨਾਂ ਨਾਲ ਜਿਹਨਾਂ ਨੂੰ ਹੈਗਾ ਵਾ, ਜਿਹੜੇ ਪੰਜਾਬ ਦੇ ਨਾਲ ਖੜੇ, ਉਹ ਵਿਰੋਧ ਕਰ ਰਹੇ ਆ। ਅਤੇ ਇਹ ਹੁਣ ਗਰੀਬ ਬਣ ਕੇ ਅਤੇ ਲੋਕਾਂ ਦੇ ਵਿੱਚ ਆ ਰਹੇ ਆ, ਲੋਕਾਂ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਅਸੀਂ ਸ਼ਾਇਦ ਐਂ ਗਰੀਬੀ ਦਾ ਉਹਦੇ ਵਿੱਚ ਸਾਨੂੰ ਤਰਸ ਦੇ ਆਧਾਰ 'ਤੇ ਲੋਕ ਵੋਟਾਂ ਪਾ ਦੇਣਗੇ। ਇੰਨਾ ਕੁਝ ਕਰ
ਮਤਲਬ ਹੋਇਆ ਤੇ ਜੇ ਹਜੇ ਵੀ ਬੀਜੇਪੀ ਦਾ ਵਿਰੋਧ ਨਾ ਹੋਵੇ ਤੇ ਫਿਰ ਤਾਂ ਲੋਕਾਂ ਨੂੰ ਡੱਬ ਕੇ ਮਰ ਜਾਣਾ ਚਾਹੀਦਾ, ਫਿਰ ਤਾਂ ਉਹ ਜਿਹੜੇ ਅੰਨੇ ਭਗਤ ਹੈਗੇ ਆ ਫਿਰ ਉਹ ਤਾਂ ਹੈਗੇ ਹੀ ਹੈਗੇ ਆ। ਤੇ ਇਹ ਹੰਸ ਰਾਜ ਨੂੰ ਮੈਂ ਕਹਿਣਾ ਚਾਹੁੰਦਾ ਵੀ ਆਪਦਾ ਬੰਦਾ ਬਣ ਜਾ ਤੂੰ, ਜਿਹੜੀਆਂ ਤੇਰੀ ਗਰੀਬੀ ਵਾਲੀ ਇੱਛਾ ਇਹ ਰੱਬ ਨੇ ਪੂਰੀ ਕਰ ਦੇਣੀ ਆ, ਗਰੀਬ ਤੈਨੂੰ ਛੇਤੀ ਹੋ ਜਾਏਗਾ ਗਰੀਬ, ਜਿਹੜੇ ਤੂੰ ਗਰੀਬਾਂ ਵਾਲੇ ਲੱਛਣ ਕਰ ਰਿਹਾ ਹੁਣ ਤੂੰ ਗਰੀਬ ਬਣ ਬਣ ਕੇ ਤੇ ਵੋਟਾਂ ਮੰਗ ਰਿਹਾ ਵਾ, ਇਹ ਤੇਰੀ ਇੱਛਾ ਰੱਬ ਨੇ ਛੇਤੀ ਪੂਰੀ ਕਰ ਦੇਣੀ ਆ। ਤਾਂ ਫਿਰ ਆ ਵੇਖੋ ਆ ਤੁਹਾਨੂੰ ਵਿਖਾਉਣੇ ਆ, ਕਹਿੰਦਾ ਵੀ 2 ਤਰੀਕ ਤੋਂ ਬਾਅਦ ਵੇਖੋ ਇਹਨਾਂ ਤੇ ਕਿਵੇਂ ਛੱਤਰ ਪੈਂਦੇ ਆ, ਇਹੋ ਜਿਹੇ ਲੀਡਰ ਹੁੰਦੇ ਆ। 2 ਤਰੀਕ ਤੋਂ ਬਾਅਦ ਕਹਿੰਦਾ ਇਹਨਾਂ ਨੇ ਲੱਭਣਾ ਨੀਗਾ। ਤੇ ਹੁਣ ਪਿੰਡਾਂ ਵਾਲੇ ਤੁਸੀਂ ਵੇਖ ਲਿਓ ਵੀ 2 ਤਰੀਕ ਤੋਂ ਬਾਅਦ ਇਹ ਲੱਭਦਾ ਵਾ ਜਾਂ ਤੁਸੀਂ ਲੱਭਦੇ ਆ, ਤੁਸੀਂ ਇਹਨੂੰ ਦੱਸਣਾ ਵਾ ਵੀ ਕੌਣ ਲੱਭਦਾ 2 ਤਰੀਕ ਤੋਂ ਬਾਅਦ। ਆ ਸੁਣ ਲਓ, ਆਂਦਾ 2 ਤਰੀਕ ਤੋਂ ਬਾਅਦ ਲੱਭਣਾ ਨੀ ਤੁਸੀਂ। 2 ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਕੱਬੀ ਖਾਨ ਖੰਘਦਾ ਇੱਥੇ, ਔਰ ਤੁਸੀਂ ਕੁਛ ਨੀ ਪਾਉਣੇ। ਛਿੱਤਰ ਦੇਖਿਓ ਇੱਧਰ ਕਿੱਦਾਂ ਦੇ।